ਜਰੋਂ ਘਰ ਦੇ ਵਿੱਚ ਕੁਛ ਵੀ ਕੋਈ ਪੈਸਾ ਨਹੀਂ ਹੁੰਦਾ ਸੀ ਕੁਛ ਨਹੀਂ ਹੁੰਦਾ ਸੀ ਮਤਲਬ ਕਿਲੋ-ਕਿਲੋ ਆਟਾ ਪਾਇਆ ਪਾਇਆ ਦਾਲ ਮੰਮੀ ਵੇ ਫੜ ਕੇ ਲਿਉਂਦੇ ਹੁੰਦੇ ਸੀ ਉਧਾਰ ਸੜਕ ਤੋਂ ਖੜ ਕੇ ਦੇਖ ਸਕਦਾ ਵਾ ਬਿਲਡਿੰਗਾਂ ਪਰ ਇੰਨੇ ਔਕਾਤ ਨਹੀਂ ਹੁੰਦੀ ਕਿ ਆਪਾਂ ਉੱਥੇ ਜਾ ਕੇ ਅੰਦਰ ਜਾ ਕੇ ਕੋਈ ਚੀਜ਼ ਇੱਕ ਖਰੀਦ ਵੀ ਲਈਏ ਉਦੋਂ 10 ਰੁਪਏ ਦੇ 5 ਅੰਡੇ ਆਉਂਦੇ ਹੁੰਦੇ ਸੀ ਉਬਲੇ ਅੰਡੇ 10 ਰੁਪਏ ਦੇ ਮਤਲਬ ਉਸ ਟਾਈਮ ਤੇ 5 ਅੰਡੇ ਵੀ ਖਾਣ ਦੀ ਇੰਨੇ ਔਕਾਤ ਨਹੀਂ ਸੀ ਵੀ 5 ਅੰਡੇ ਲੈ ਕੇ ਖਾ ਲਈਏ ਨਾਲ ਹੀ ਉਹਨਾਂ ਨੇ ਮੇਰੀ ਗੱਲ ਕੀਤੀ ਕਹਿੰਦੇ 10 ਬਈ ਇਹਨੂੰ ਆ ਉਮਰ ਜਾ ਕੇ ਇਹ ਬੋਡੀ ਬਿਲਡਿੰਗ ਕਰਨ ਲੱਗਿਆ ਨਾਲੇ ਉਹ ਹਸਣ ਮੇਰੇ ਉਹ ਉਹਨਾਂ ਨੂੰ ਕਿਵੇਂ ਜਵਾਬ ਦੇਣਾ ਵਾ ਉਹ ਮੈਂ ਤੁਹਾਨੂੰ ਦੱਸੂਗਾ ਉਹ ਦਿਨ ਇੱਕ ਮੈਂ ਪ੍ਰਾਣ ਲਿਆ ਫਿਰ ਮੈਂ ਕਿਹਾ ਵੀ ਹੁਣ ਮੈਂ ਇਹਨਾਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਵਿਜੇਂਦਰ ਸਿੰਘ ਲੁਧਿਆਣੇ ਤੋਂ ਮੈਂ ਇੱਕ ਪ੍ਰੋਫੈਸ਼ਨਲ ਬਾਡੀ ਬਿਲਡਰ ਹਾਂ ਜੀ ਮੇਰਾ ਬਚਪਨ ਜੋ ਕਿ ਆਮ ਬੱਚਿਆਂ ਵਾਂਗੂ ਨਹੀਂ ਗੁਜ਼ਰਿਆ ਮੇਰਾ ਬਚਪਨ ਬਹੁਤ ਹੀ ਮਤਲਬ ਮੁਸ਼ਕਲਾਂ ਨਾਲ ਮੈਂ ਆਪਦਾ ਬਚਪਨ ਦੇਖਿਆ ਸਾਰਾ ਹੀ ਬਚਪਨ ਮੇਰੇ ਮਤਲਬ ਜਦੋਂ ਮੈਂ ਸੁਰਤ ਸੰਭਾਲੀ ਮੈਂ ਗਰੀਬੀ ਚ ਗਰੀਬੀ ਹੀ ਦੇਖੀ ਹਾਲਾਂਕਿ ਅਸੀਂ ਇੱਕ ਬਹੁਤ ਰਾਇਲ ਫੈਮਿਲੀ ਨੂੰ ਮੈਂ ਬਿਲੋਂਗ ਕਰਦਾ ਵਾਂ ਸ਼ਾਨ ਸਲਾਈ ਮਸ਼ੀਨ ਸਾਡੇ ਇੱਕ ਮੰਨੀ ਪ੍ਰਮੰਨੀ ਇੰਡੀਆ ਦੀ ਇੱਕ ਫਰਮ ਸੀ ਮੈਂ ਉਹਨਾਂ ਦਾ ਹੀ ਬੇਟਾ ਮੈਂ ਸਾਡੇ ਐ ਸੀ ਮੇਰੇ ਜੰਮਣ ਤੋਂ ਪਹਿਲਾਂ ਸਭ ਮਤਲਬ ਸਾਡੀ ਜੁਆਇੰਟ ਫੈਮਿਲੀ ਕਰਕੇ ਸਭ ਵੱਖ-ਵੱਖ ਹੋ ਗਏ ਸੀ ਤੇ ਜੋ ਹਰੇਕ ਦੇ ਜੋ ਹਿੱਸੇ ਚ ਆਇਆ ਅਗਲੇ ਨੇ ਸਾਂਭ ਲਿਆ ਸਾਡੇ ਕੋਲ ਤਾਂ ਹੀ ਸਾਂਭਿਆ ਗਿਆ ਮੇਰੇ ਫਾਦਰ ਸਾਹਿਬ ਕਰਦੇ ਸੀ ਡਰਿੰਕ ਮਤਲਬ ਕਿ ਵੀ ਉਹ ਡਰਿੰਕ ਦੇ ਵਿੱਚ ਹੀ ਸਭ ਕੁਝ ਸਾਡਾ ਮਤਲਬ ਖਤਮ ਹੋ ਗਿਆ ਮੈਂ ਸਿਰਫ ਸੁਣਦਾ ਹੁੰਦਾ ਸੀ ਵੀ ਆਪਣੇ ਕੋਲ ਉੱਥੇ ਇੰਨੀ ਜ਼ਮੀਨ ਸੀ ਆਪਣੇ ਕੋਲ ਇੰਨੀਆਂ ਫੈਕਟਰੀਆਂ ਸੀ ਜਾਂ ਜੋ ਵੀ ਮਤਲਬ ਇੱਕ ਸੁਣਨ ਚ ਮੈਨੂੰ ਮਿਲਿਆ ਮਤਲਬ ਮੈਂ ਆਪ ਤਾਂ ਕੁਝ ਵੀ ਨਹੀਂ ਦੇਖਿਆ ਇਹ ਜਾਂ ਕੁਝ ਹੌਲੀ-ਹੌਲੀ ਮਤਲਬ ਵੱਡਾ ਹੁੰਦਾ ਗਿਆ ਮੈਂ 10 ਤੋਂ 11 ਸਾਲ ਦੀ ਉਮਰ ਹੋਈ 12 ਸਾਲ ਦੀ ਉਮਰ ਹੋਈ ਮੈਨੂੰ ਉਸ ਟਾਈਮ ਤੋਂ ਹੀ ਮਤਲਬ ਇੱਕ ਬੋਡੀ ਬਣਾਉਣ ਦਾ ਸ਼ੌਂਕ ਸੀ ਮੈਨੂੰ ਸਕੂਲ ਟਾਈਮ 'ਚ ਵੀ ਮੈਂ ਥੋੜਾ ਹੈਲਥੀ ਸੀ ਉਦੋਂ ਤੇ ਸਕੂਲ ਟਾਈਮ 'ਚ ਵੀ ਮੈਨੂੰ ਕਲਾਸ ਦੇ ਵਿੱਚ ਗੱਬਰ ਕਹਿੰਦੇ ਹੁੰਦੇ ਸੀ ਕਿ ਮੈਂ ਤਕੜਾ ਸੀ ਦੇਖਣ ਨੂੰ ਬਚਪਨ ਤੋਂ ਹੀ ਮੈਨੂੰ ਸ਼ੌਂਕ ਸੀ ਜਿਵੇਂ ਕਰੇ ਰਸੋਈ ਦੇ ਵਿੱਚ ਜਾਣਾ ਮਲਾਈ ਪਈ ਆ ਮਲਾਈ ਖੰਡ ਪਾ ਕੇ ਮਲਾਈ ਪੂਰੀ ਕੌਲੀ ਭਰ ਕੇ ਖਾ ਜਾਣੀ ਮਤਲਬ ਇਹ ਪਰਵਾਹ ਹੀ ਨਹੀਂ ਸੀ ਮੈਂ ਕਰਦਾ ਹੁੰਦਾ ਵੀ ਮਤਲਬ ਜੋ ਚੀਜ਼ ਆਵੇ ਸੋ ਰਾਜੀ ਉਦੋਂ ਬਾਅਦ ਚ ਹੌਲੀ ਹੌਲੀ ਵੱਡਾ ਹੁੰਦਾ ਕਿ 15 ਸਾਲ 16 ਸਾਲ ਦੀ ਜਦੋਂ ਉਮਰ ਹੋਈ ਮੈਂ 10ਵੀਂ ਕੀਤੀ ਸਾਡਾ ਉਹ ਟਾਈਮ ਦੇ ਵਿੱਚ ਇੱਕ ਸਾਈਕਲ ਹੁੰਦਾ ਸੀ ਸੱਤ ਤੋਂ 8 ਕਿਲੋਮੀਟਰ ਤੱਕ ਸਾਡਾ ਸਕੂਲ ਹੁੰਦਾ ਸੀ ਅਸੀਂ ਦੋਨੇ ਬ੍ਰਦਰ ਇੱਕ ਸਾਈਕਲ ਤੇ ਜਾਂਦੇ ਹੁੰਦੇ ਸੀ ਕਦੇ-ਕਦੇ ਤਾਂ ਸਾਡੇ ਕੋਲੇ ਮਤਲਬ 1 ਰੁਪਿਆ 2 ਰੁਪਿਆ ਬੱਸ ਦਾ ਹੁੰਦਾ ਸੀ ਕਿਰਾਇਆ ਉਹ ਵੀ ਨਹੀਂ ਸੀ ਕੋਲ ਹੁੰਦਾ ਤੇ ਅਸੀਂ ਪੈਦਲ ਆਉਂਦੇ ਸੀ ਉੱਥੋਂ ਤੇ ਇਦਾਂ ਹੀ ਮਤਲਬ 16 ਸਾਲ ਦੀ ਉਮਰ 'ਚ ਜਾ ਕੇ ਮੈਂ 10ਵੀਂ ਕੀਤੀ ਆਪਣੀ ਉਦੋਂ ਬਾਅਦ ਘਰ ਦੇ ਹਾਲਾਤ ਕੋਈ ਜ਼ਿਆਦਾ ਵਧੀਆ ਨਹੀਂ ਸੀ ਤੇ ਮੇਰੇ ਮਦਰ ਨੇ ਮੈਨੂੰ ਫਿਰ ਕੰਮ ਦੇ ਵਿੱਚ ਲਾਤਾ ਮੇਰੇ ਮਾਮਾ ਜੀ ਦੀ ਵਰਕਸ਼ਾਪ ਸੀ ਆਪਣੇ ਗੇਟ ਗ੍ਰਿਲ ਦਾ ਉਹਨਾਂ ਦਾ ਕੰਮ ਸੀਗਾ ਤੇ ਉੱਥੇ ਮੈਨੂੰ ਉਹਨਾਂ ਨੇ ਮੰਮੀ ਨੇ ਲਾਤਾ ਵੀ ਚਲੋ ਵੀ ਇਹ ਕੰਮ ਕਰੋ ਹਾਲਾਂਕਿ ਮੇਰਾ ਪੜਨ ਦਾ ਮੈਨੂੰ ਬਹੁਤ ਸ਼ੌਂਕ ਸੀ ਮੇਰਾ ਬਹੁਤ ਦਿਲ ਕਰਦਾ ਸੀ ਵੀ ਮੈਂ ਪੜਾਂ ਇੱਕ ਘਰ ਦੀ ਗਰੀਬੀ ਕਰਕੇ ਮੈਂ ਪੜ ਨਹੀਂ ਸਕਿਆ ਉਸ ਤੋਂ ਬਾਅਦ ਉੱਥੇ ਕੰਮ ਕਰਨ ਲੱਗੇ ਲੋਹਾ ਕੁੱਟਣਾ ਮਤਲਬ ਸਮਝ ਲਓ ਕਿ ਲੋਹਾ ਹੀ ਕੁੱਟ ਰਿਹਾ ਸੀ ਮੈਂ ਉੱਥੇ ਤੇ ਸ਼ੌਂਕ ਉੱਥੇ ਵੀ ਸੀ ਮੈਨੂੰ ਪੂਰਾ ਤੇ ਮੈਂ ਉੱਥੇ ਮਾੜਾ ਮੋਟਾ ਮਤਲਬ ਵੇਟ ਬੂਟ ਜਿਵੇਂ ਡੰਡ ਪਿਸ਼ਾਬ ਸਮਾਰਦੇ ਰਹਿਣਾ ਮਤਲਬ ਸ਼ੌਂਕ ਬਹੁਤ ਸੀਗਾ ਜਦੋਂ ਉਦੋਂ 10 ਰੁਪਏ ਤੇ 5 ਅੰਡੇ ਆਉਂਦੇ ਹੁੰਦੇ ਸੀ ਉਬਲੇ ਅੰਡੇ 10 ਰੁਪਏ ਤੇ ਮਤਲਬ ਉਸ ਟਾਈਮ ਤੇ 5 ਅੰਡੇ ਵੀ ਖਾਣ ਦੀ ਇੰਨੀ ਔਕਾਤ ਨਹੀਂ ਸੀ ਵੀ 5 ਅੰਡੇ ਲੈ ਕੇ ਖਾ ਲੀਏ ਬਦਾਮ ਬਦਾਮ ਸੇਬ ਕੇਲੇ ਇਹ ਤਾਂ ਬੜੇ ਦੂਰ ਦੀਆਂ ਚੀਜ਼ਾਂ ਸੀ ਮੇਰੇ ਵਾਸਤੇ ਬਹੁਤ ਦੂਰ ਦੀਆਂ ਹੌਲੀ ਹੌਲੀ ਮਤਲਬ ਸ਼ੌਂਕ ਹੈ ਸ਼ੌਂਕ ਹੀ ਇੰਨਾ ਜ਼ਿਆਦਾ ਸੀ ਵੀ ਮੈਨੂੰ ਸੀਗਾ ਵੀ ਮੈਂ ਬਾਡੀ ਬਣਾਵਾਂ ਮੈਂ ਬਹੁਤ ਵਧੀਆ ਬਾਡੀ ਬਣਾਵਾਂ ਬਟ ਇੱਕ ਕੀ ਗਰੀਬੀ ਕਰਕੇ ਮੈਂ ਅੱਗੇ ਨਾ ਵਧਿਆ ਹੌਲੀ ਹੌਲੀ ਇਹ ਮਤਲਬ ਮਾਮਾਈ ਕੋਲ ਕੰਮ ਕਰਦਾ ਰਿਹਾ ਕਰਦਾ ਰਿਹਾ ਤੇ ਮਾੜਾ ਮੋਟਾ ਲੋਕਲ ਜਿਮ ਦੇ ਵਿੱਚ ਵੀ ਫਿਰ ਮੈਂ ਜੁਆਇਨ ਕਰ ਲਿਆ ਉਦੋਂ 100 150 ਰੁਪਏ ਹੁੰਦਾ ਸੀ ਲੋਕਲ ਜਿਮ ਦਾ ਤੇ ਉਹ ਫਿਰ ਮੈਂ ਉੱਥੇ ਵਰਕਆਊਟ ਕਰਦਾ ਰਿਹਾ 97 ਦੇ ਵਿੱਚ ਮੇਰੇ ਚਾਚਾ ਜੀ ਨੇ ਇੱਕ ਜਿਮ ਖੋਲ੍ਹਿਆ ਤੇ ਉੱਥੇ ਉਹਨਾਂ ਨੇ ਐਜ਼ੇ ਮੈਨੂੰ ਟਰੇਨਰ ਰੱਖਿਆ ਉੱਥੇ ਤੇ ਜਿੰਮ ਵੀ ਬਹੁਤ ਵਧੀਆ ਸੀ ਮਤਲਬ ਲੁਧਿਆਣੇ ਚ ਵਧੀਆ ਜਿੰਮ ਸੀ ਉਹ ਤੇ ਉੱਥੇ ਮੈਂ ਟ੍ਰੇਨਿੰਗ ਦੇਣ ਲੱਗ ਗਿਆ ਸਵੇਰੇ ਸ਼ਾਮ ਮੈਂ ਉੱਥੇ ਟ੍ਰੇਨਿੰਗ ਕਰਦਾ ਸੀ ਤੇ ਦਿਨ ਟਾਈਮ ਮੈਂ ਮਾਮਾਈ ਕੋਲ ਜੌਬ ਕਰਦਾ ਸੀ ਤੇ ਮੈਨੂੰ ਐ ਲੱਗਣ ਲੱਗ ਗਿਆ ਵੀ ਚਲੋ ਹੁਣ ਥੋੜਾ ਜਿਹਾ ਘਰ ਦਾ ਖਰਚਾ ਜਾਂ ਜੋ ਵੀ ਆ ਗਰੀਬੀ ਥੋੜੀ ਜਿਹੀ ਘਟ ਜਾਊਗੀ ਫਾਦਰ ਸਾਹਿਬ ਦਾ ਐਸੀ ਜਿੰਨਾ ਕਿ ਕੰਮ ਕਰਦੇ ਸੀ ਉਹਦੇ ਚ 50 60% ਤਾਂ ਉਹ ਸ਼ਰਾਬ ਪੀ ਜਾਂਦੇ ਸੀ ਮਤਲਬ ਸਾਨੂੰ ਪਤਾ ਵੀ ਅਸੀਂ ਕਿਵੇਂ ਉਹ ਟਾਈਮ ਆਪਦਾ ਗੁਜ਼ਾਰਾ ਕੀਤਾ ਉਹ ਟਾਈਮਾਂ ਦੇ ਵਿੱਚ 2000 ਤੱਕ ਮੈਂ ਮਤਲਬ ਉੱਥੇ ਕੋਚਿੰਗ ਦਿੱਤੀ ਮਤਲਬ 3 6 3 ਸਾਲ ਕੋਚਿੰਗ ਦਿੱਤੀ ਉਹਦੇ ਚ ਮੈਂ ਇੱਕ ਫਰਸਟ ਕੰਪੀਟੀਸ਼ਨ ਖੇਡਿਆ ਜਲੰਧਰ ਦੇ ਵਿੱਚ ਮਿਸਟਰ ਪੰਜਾਬ ਦਾ ਕੰਪੀਟੀਸ਼ਨ ਹੋਇਆ ਸੀ ਜੋ ਮੇਰੀ ਲਾਈਫ ਦਾ ਪਹਿਲਾ ਕੰਪੀਟੀਸ਼ਨ ਸੀ ਜਿਸ ਵਿੱਚ ਮੇਰੀ ਪਲੇਸ ਨਹੀਂ ਪਈ ਬਟ ਮੈਂ ਪਾਰਟਿਸਪੇਟ ਦਾ ਮੈਨੂੰ ਇੱਕ ਟਰੋਫੀ ਜ਼ਰੂਰ ਮਿਲੀ ਉੱਥੇ ਉਹ ਮੈਨੂੰ ਮਤਲਬ ਮੇਰੇ ਲਈ ਉਹ ਇੱਕ ਬਹੁਤ ਵੱਡੇ ਅਚੀਵਮੈਂਟ ਸੀ ਵੀ ਇੱਕ ਮੈਂ ਟਰੋਫੀ ਲੈ ਕੇ ਆਇਆ ਮੈਂ ਮੈਂ ਇੰਨਾ ਖੁਸ਼ ਬਹੁਤ ਜ਼ਿਆਦਾ ਖੁਸ਼ ਮੈਂ ਤੇ ਉੱਥੋਂ ਮੈਨੂੰ ਲੱਗਣ ਲੱਗ ਗਿਆ ਵੀ ਵਾਕਈ ਵੀ ਹੁਣ ਮੇਰੇ ਵਾਸਤੇ ਵੀ ਮੈਂ ਬਹੁਤ ਵਧੀਆ ਬਾਡੀ ਬਣਾ ਲੂਗਾ ਹੁਣ ਮੈਂ ਬਹੁਤ ਅੱਗੇ ਤੱਕ ਜਾਊਗਾ 2005 ਦੇ ਵਿੱਚ ਸਾਨੂੰ ਇੱਕ ਬਹੁਤ ਵੱਡਾ ਝਟਕਾ ਲੱਗਿਆ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ 2005 ਚ ਉਦੋਂ ਬਾਅਦ ਮਤਲਬ ਸਾਡੇ ਹਾਲਾਤ ਫੇਰ ਖਰਾਬ ਹੋ ਗਏ ਫੇਰ ਉਦਾਂ ਹੀ ਮਤਲਬ ਬਹੁਤ ਜ਼ਿਆਦਾ ਮਤਲਬ ਮਾੜੇ ਹਾਲਾਤ ਸਾਡੇ ਤੇ ਮੰਮੀ ਨੂੰ ਵੀ ਫਿਕਰ ਵੀ ਹੁਣ ਕੀ ਬਣੂ ਸਾਨੂੰ ਐਸੇ ਵੀ ਆਪਦੇ ਪੈਰਾਂ ਕੋਈ ਐਬ ਨਹੀਂ ਕੋਈ ਕੁਛ ਨਹੀਂ ਸਿਰਫ ਕੀ ਵੀ ਸਿਰਫ ਗਰੀਬੀ ਸੀ 2005 ਦੇ ਵਿੱਚ ਫੇਰ ਮੇਰੇ ਮਾਮਾ ਜੀ ਨੇ ਰਜਿੰਦਰ ਸਿੰਘ ਜੀ ਉਹਨਾਂ ਨੇ ਮਤਲਬ ਹੈਲਪ ਕੀਤੀ ਤੇ ਉਹਨਾਂ ਨੇ ਮਾਮਾ ਜੀ ਨੇ ਆਪਦੇ ਕੋਲੋਂ ਪੈਸੇ ਦੇ ਕੇ ਇਹ ਮੈਨੂੰ ਦੁਬਈ ਭੇਜਿਆ ਦੁਬਈ ਮੈਂ 3 ਸਾਲ 4 ਸਾਲ ਲਾਇਆ ਦੁਬਈ ਤੇ ਉੱਥੇ ਵੀ ਮਤਲਬ ਜਿਵੇਂ ਵੀ ਦੁਬਈ ਮਤਲਬ ਇੱਕ ਕਹਿਣਾ ਸੌਖਾ ਵਾ ਵੀ ਦੁਬਈ ਬਹੁਤ ਵਧੀਆ ਦੇਖਣ ਨੂੰ ਸੋਹਣੀ ਬਹੁਤ ਲੱਗਦੀ ਆ ਉਹ ਦੁਬਈ ਸੋਹਣੀ ਕਿੰਨਾ ਵਾਸਤੇ ਆ ਜਿਨ੍ਹਾਂ ਦੀ ਜੇਬ ਚ ਪੈਸਾ ਵਾ ਜਿਹੜਾ ਹੁਣ ਲੇਬਰ ਜੋਬ ਚ ਸਾਡੇ ਵਰਗਾ ਜਾਂਦਾ ਉਹਦੇ ਵਾਸਤੇ ਤਾਂ ਇੱਕ ਸੁਪਨਾ ਹੀ ਆ ਕਿ ਇੱਕ ਸਰਵ ਸੜਕ ਤੋਂ ਖੜ ਕੇ ਦੇਖ ਸਕਦਾ ਵਾ ਬਿਲਡਿੰਗਾਂ ਪਰ ਇੰਨੇ ਔਕਾਤ ਨਹੀਂ ਹੁੰਦੀ ਕਿ ਆਪਾਂ ਉੱਥੇ ਜਾ ਕੇ ਅੰਦਰ ਜਾ ਕੇ ਕੋਈ ਚੀਜ਼ ਇੱਕ ਖਰੀਦ ਵੀ ਲਈਏ ਮਤਲਬ ਉੱਥੇ ਇੰਨਾ ਕਿ ਜ਼ਿਆਦਾ ਮਤਲਬ ਬਹੁਤ ਮੁਸ਼ਕਲ ਦਵਾਈ ਦੇ ਵਿੱਚ ਕੰਮ ਬਹੁਤ ਕਰਨਾ ਪੈਂਦਾ ਉੱਥੇ ਤੇ 16-16 ਘੰਟੇ ਵਰਕ ਕਰਨਾ ਪੈਂਦਾ ਫੇਰ ਉੱਥੇ ਗੋਰੇ ਹੋਗੇ ਛੇਕ ਹੋਗੇ ਉਹਨੇ ਜੋ ਮਤਲਬ ਉਹਨਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਇੱਥੇ ਤਾਂ ਆਪਾਂ ਘਰ ਦੇ ਵਿੱਚ ਤਾਂ ਜੇ ਆਪਾਂ ਕਿਸੇ ਨੂੰ ਬੋਲਣ ਨਹੀਂ ਦਿੰਦੇ ਆਪਣੇ ਮਾਂ ਪਿਓ ਨੂੰ ਵੀ ਆਪਾਂ ਕਈ ਵਾਰ ਪੁੱਠਾ ਜਵਾਬ ਦੇ ਦਿੰਦੇ ਨੇ ਉੱਥੇ ਇਹ ਚੀਜ਼ ਨਹੀਂ ਮਤਲਬ ਉੱਥੇ ਤਾਂ ਸਮਝ ਲਓ ਵੀ ਇੱਕ ਗੁਲਾਮੀ ਆ ਉੱਥੇ 3 ਸਾਲ ਮੇਰੇ ਨੰਗੇ ਉੱਥੇ 3 ਸਾਲ 4 ਸਾਲ ਨੰਗੇ ਵਾਪਸੀ ਕੀਤੀ ਮੈਂ ਇੱਥੇ ਆਇਆ ਜ਼ਿੰਦਗੀ ਫੇਰ ਉੱਥੇ ਹੀ ਸਟਾਰਟ ਨਵੇਂ ਸਿਰੇ ਤੋਂ ਕੋਈ ਸੈਟਿੰਗ ਨਹੀਂ ਕੋਈ ਕੁਸ਼ਣ ਨਹੀਂ ਦੁਬਈ ਦੇ ਵਿੱਚ ਕਿੰਨੀ ਕ ਇਨਕਮ ਹੁੰਦੀ ਆ ਇੱਕ ਸਿਰਫ ਇਹ ਆ ਵੀ ਉੱਥੇ ਮੇਰਾ ਗੁਜ਼ਾਰਾ ਹੋ ਜਾਂਦਾ ਸੀ ਤੇ ਜੋ ਘਰੇ ਭੇਜਦਾ ਸੀ ਘਰ ਦਾ ਗੁਜ਼ਾਰਾ ਚੱਲਦਾ ਸੀ ਹੌਲੀ 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 ਇੱਥੇ ਆ ਕੇ ਫੇਰ ਉਹੀ ਮੋੜ ਤੇ ਖੜ ਗਿਆ ਵੀ ਹੁਣ ਕੀ ਕਰੂੰਗਾ ਮੈਂ ਫੇਰ ਮੇਰੀ ਟੈਨਸ਼ਨ ਹੋਰ ਬਹੁਤ ਜ਼ਿਆਦਾ ਵਧ ਗਈ ਫਿਰ ਮੈਂ ਮਾਮਾਈ ਕੋਲੇ ਦੁਬਾਰਾ ਫੇਰ ਵਾਪਸੀ ਕੀਤੀ ਉਹਨਾਂ ਕੋ ਗੇਟ ਗ੍ਰਿਲਜ਼ ਦਾ ਕੰਮ ਦੀ ਉਹਨਾਂ ਨੇ ਮੈਨੂੰ ਉੱਥੇ ਐਜ਼ ਅ ਸੁਪਰਵਾਈਜ਼ਰ ਰੱਖ ਲਿਆ ਉੱਥੇ ਤੇ ਹਾਲਾਂਕਿ ਉਹਨਾਂ ਨੇ ਜਿੰਨੇ ਉਹਨਾਂ ਕੋਲ ਬੰਦੇ ਸੀ ਉਹਨਾਂ ਨਾਲ ਮੈਨੂੰ 1200 2000 ਜ਼ਿਆਦਾ ਹੀ ਦਿੰਦੇ ਸੀ ਬਟ ਫਿਰ ਵੀ ਮੇਰਾ ਕੰਮ ਨਹੀਂ ਸੀ ਪੂਰਾ ਹੁੰਦਾ ਫਿਰ ਮੈਨੂੰ ਮੇਰੇ ਕੁਝ ਮੇਰੇ ਸੱਜਣ ਮਿੱਤਰ ਉਹਨਾਂ ਨੇ ਕਿਹਾ ਵੀ ਤੂੰ ਪ੍ਰੋਫੈਸ਼ਨਲ ਹੈਗਾ ਇੰਨੇ ਟਾਈਮ ਤੋਂ ਤੂੰ ਬਾਡੀ ਬਿਲਡਿੰਗ ਵੀ ਕਰ ਰਿਹਾ ਤੈਨੂੰ ਨੌਲੇਜ ਵੀ ਬਹੁਤ ਆ ਵੀ ਤੂੰ ਫਿਰ ਕਿਉਂ ਨਹੀਂ ਜੌਬ ਕਰਦਾ ਮੈਨੂੰ ਉਹਨਾਂ ਦੇ ਚਲੋ ਗੱਲ ਪਸੰਦ ਆਈ ਫਿਰ ਮੈਂ ਜਸ ਜਮ ਦੇ ਵਿੱਚ ਵਰਕਆਊਟ ਕਰਦਾ ਸੀ ਮੈਂ ਉਸ ਬੰਦੇ ਨਾਲ ਗੱਲ ਕੀਤੀ ਵੀ ਟ੍ਰੇਨਰ ਚਾਹੀਦਾ ਤਾਂ ਉਹਨੇ 1 ਮਿੰਟ ਦੇ ਵਿੱਚ ਮੈਨੂੰ ਹਾਂ ਕਰ ਦਿੱਤੀ ਤੇ ਕਹਿੰਦਾ ਆਜਿਆ ਕਰੋ ਤੁਸੀਂ ਵੀ ਮੈਂ ਉਹਨੂੰ ਫਿਰ ਦੱਸਿਆ ਵੀ ਮੈਂ ਸਵੇਰੇ ਜੌਬ ਤੇ ਜਾਣਾ ਹੁੰਦਾ ਵੀ 9 ਵਜੇ ਤਾਂ ਮੈਂ 7 ਵਜੇ ਤੱਕ ਜੌਬ ਕਰਨੀ ਹੁੰਦੀ ਆ ਤਾਂ ਉਹਦੇ ਨਾਲ ਚਲੋ ਮੇਰੀ ਟਾਈਮ ਦੀ ਸੈਟਿੰਗ ਹੋ ਗਈ ਮੈਂ 5 ਤੋਂ 5:30 ਵਜੇ ਮਤਲਬ ਸਵੇਰੇ ਜਿਮ ਜਾਂਦਾ ਸੀ 8 ਵਜੇ ਤੱਕ ਮੈਂ ਉੱਥੇ ਟ੍ਰੇਨਿੰਗ ਦਿੰਦਾ ਸੀ 8 ਵਜੇ ਘਰੇ ਆ ਕੇ ਆਪਦਾ ਰੋਟੀ ਖਾਣੀ ਸਿੱਧਾ ਉੱਥੇ ਵਰਕ ਤੇ ਨਿਕਲ ਜਾਣਾ ਮਾਮਾਈ ਕੋਲੇ 6:30 ਵਜੇ ਉੱਥੋਂ ਛੁੱਟੀ ਕਰਨੀ ਆ ਕੇ ਫੇਰ ਮੈਂ ਜਮ ਆ ਕੇ ਫੇਰ ਉੱਥੇ ਟ੍ਰੇਨਿੰਗ ਦੇਣੀ ਰਾਤ ਨੂੰ 10 ਵਜੇ ਮੈਂ ਘਰੇ ਜਾਣਾ ਤੁਸੀਂ ਇਹ ਦੇਖ ਲਓ ਵੀ ਇੱਕ ਮਿੰਟ ਵੀ ਸਾਰਾ ਦਿਨ ਮੇਰੀ ਭੱਜ ਦੌੜ ਸੀਗੀ ਤਾਂ ਕਿਤੇ ਜਾ ਕੇ ਮਤਲਬ ਇੱਕ ਸਿਰਫ ਵੀ ਰੋਟੀ ਵਧੀਆ ਖਾਣ ਲੱਗ ਗਈ ਸੀ ਜੋੜਨ ਪੈਸਾ ਜੋੜਨ ਵਾਲੀ ਗੱਲ ਤਾਂ ਫੇਰ ਵੀ ਨਹੀਂ ਸੀ ਤੇ ਹੌਲੀ ਹੌਲੀ ਚਲੋ ਸਮਾਂ ਲੰਘਦਾ ਗਿਆ ਫਿਰ ਮੈਂ ਫੇਰ ਇੱਕ ਸਾਲ ਲੰਘਿਆ ਮੈਂ ਫੇਰ ਕੰਪੀਟੀਸ਼ਨ ਸਟਾਰਟ ਕਰਤੇ ਉਸ ਟਾਈਮ ਤੇ ਮੈਂ ਕੰਪੀਟੀਸ਼ਨ ਖੇਡਿਆ ਮਿਸਟਰ ਪੰਜਾਬ ਦਾ ਉੱਥੇ ਮੇਰੀ ਪਲੇਸ ਨਾ ਪਈ ਮਿਸਟਰ ਪੰਜਾਬ ਦੇ ਕੰਪੀਟੀਸ਼ਨ ਤੇ ਉਸ ਜਿਸ ਜੈਮ ਵਿੱਚੋਂ ਮੈਂ ਗਿਆ ਸੀ ਉੱਥੇ ਤਿੰਨ ਚਾਰ ਮੁੰਡੇ ਬੋਡੀਬਿਲਡਰ ਸੀ ਕਿਸੇ ਦੀ ਫਸਟ ਪਈ ਕਿਸੇ ਦੀ ਸੈਕੰਡ ਪਈ ਤੇ ਉਹ ਉਹ ਸ਼ਾਮ ਦਾ ਟਾਈਮ ਉਹ ਆਪਸ ਦੇ ਵਿੱਚ ਗੱਲਾਂ ਕਰ ਰਹੇ ਨੇ ਨਾਲ ਹੀ ਉਹਨਾਂ ਨੇ ਮੇਰੀ ਗੱਲ ਕੀਤੀ ਕਹਿੰਦੇ ਦੱਸ ਬਈ ਇਹਨੂੰ ਆ ਉਮਰ ਜਾ ਕੇ ਇਹ ਬੋਡੀ ਬਿਲਡਿੰਗ ਕਰਨ ਲੱਗਿਆ ਨਾਲੇ ਉਹ ਹੱਸਣ ਮੇਰੇ ਤੇ ਤੇ ਜਾਨੀ ਇੱਕ ਹਿਸਾਬ ਨਾਲ ਉਹਨਾਂ ਨੇ ਮੇਰਾ ਇੱਕ ਮਜ਼ਾਕ ਉਡਾਇਆ ਪਰ ਮੈਨੂੰ ਤੇ ਮੇਰੇ ਹੀ ਦੋਸਤ ਨੇ ਉਹਨਾਂ ਚ ਬੈਠੇ ਨੇ ਇਹ ਗੱਲ ਦੱਸੀ ਕਹਿੰਦਾ ਵੀ ਇਦਾਂ ਕਰਕੇ ਉਹਨਾਂ ਨੂੰ ਆਪਾਂ ਜਵਾਬ ਦੇਣਾ ਵਾ ਵੀ ਆਪਾਂ ਅੱਜ ਉਹਨਾਂ ਨਾਲ ਗੱਲ ਕਰਨੀ ਆ ਵੀ ਭਾਜੀ ਤੁਹਾਡੇ ਬਾਰੇ ਉਹ ਬੋਲੇ ਕਿਵੇਂ ਉਹ ਤਾਂ ਜਦੋਂ ਦੇ ਤੁਸੀਂ ਇਸ ਲਾਈਨ 'ਚ ਉਦੋਂ ਜੰਮੇ ਵੀ ਨਹੀਂ ਸੀ ਪਰ ਉਹ ਬੰਦੇ ਥੋੜੇ ਬਾਰੇ ਇਦਾਂ ਕਿਵੇਂ ਬੋਲ ਰਿਹਾ ਮੈਂ ਕਿਹਾ ਇਹ ਉਹਨਾਂ ਦੀ ਸੋਚ ਆ ਉਹ ਉਹਨਾਂ ਨੂੰ ਕਿਵੇਂ ਜਵਾਬ ਦੇਣਾ ਵਾ ਉਹ ਮੈਂ ਤੁਹਾਨੂੰ ਦੱਸੂਗਾ ਉਹ ਦਿਨ ਇੱਕ ਮੈਂ ਪ੍ਰਾਣ ਲਿਆ ਫਿਰ ਮੈਂ ਕਿਹਾ ਵੀ ਹੁਣ ਮੈਂ ਇਹਨਾਂ ਨੂੰ ਕੰਪੀਟੀਸ਼ਨ ਹੀ ਜਿੱਤ ਕੇ ਦਿਖਾਣਾ ਦੁਨੀਆ ਨੂੰ ਮੈਂ ਇੱਕ ਚੀਜ਼ ਦਿਖਾਉਣੀ ਆ ਵੀ ਇੱਕ ਵਿਜੇਂਦਰ ਪਨੇਸਰ ਕੀ ਕੋਈ ਹੈ ਸ਼ਖਸ ਦੁਨੀਆ 'ਤੇ ਮੈਂ ਆਪਣੀ ਮਿਹਨਤ ਸਟਾਰਟ ਕੀਤੀ ਮੈਂ ਸਵੇਰੇ 10 ਵਜੇ ਉੱਠ ਕੇ ਸਪ੍ਰਿੰਟਾਂ ਲਾਉਣੀਆਂ 3 ਵਜੇ ਉੱਠ ਕੇ ਜਿਸ ਟਾਈਮ ਤੇ ਸਾਰੀ ਦੁਨੀਆ ਸੁੱਤੀ ਪਈ ਹੁੰਦੀ ਆ ਮੈਂ ਉਸ ਟਾਈਮ ਤੇ ਉੱਠ ਕੇ ਰਨਿੰਗ ਕਰਨ ਨਿਕਲ ਜਾਣਾ ਤੇ ਮੈਂ ਦੇਖ ਲਓ ਵੀ 4:30 ਤੱਕ ਰਨਿੰਗਾਂ ਕਰਨੀਆਂ ਪੂਰੀਆਂ ਉਦੋਂ ਬਾਅਦ ਚ ਜਾ ਕੇ ਮੈਂ ਜਿੰਮ ਜਾਣਾ ਠੀਕ ਆ ਜੀ ਇੱਕ ਸਾਲ ਜੀ ਮੈਂ ਚੁੱਪ ਰਿਆ ਇੱਕ ਸਾਲ ਮੈਂ ਪੂਰੀ ਚੁੱਪ ਕਰਕੇ ਤਿਆਰੀ ਕੀਤੀ ਕੰਪੀਟੀਸ਼ਨ ਆ ਗਿਆ ਟਾਈਮ ਜਿਹੜਾ ਮੈਂ ਉਡੀਕ ਰਿਹਾ ਸੀ ਕੰਪੀਟੀਸ਼ਨ ਤੇ ਮੇਰੀ ਫਰਸਟ ਪਲੇਸ ਪਈ ਪੰਜਾਬ ਚ ਵੀ ਮੇਰੀ ਫਰਸਟ ਪਈ ਤੇ ਲੁਧਿਆਣੇ ਚ ਵੀ ਮੇਰੀ ਫਰਸਟ ਪਈ ਤੇ ਉਹ ਮੇਰਾ ਦੋਸਤ ਜਿਸ ਦੋਸਤ ਨੇ ਮੈਨੂੰ ਉਸ ਟਾਈਮ ਤੇ ਕਿਹਾ ਸੀ ਤੇ ਉਹ ਦੋਸਤ ਦਾ ਮੈਨੂੰ ਵਕਾਇਦਾ ਫੋਨ ਆਇਆ ਉਹ ਅੱਜ ਬਾਹਰ ਆ ਉਹ ਕਹਿੰਦਾ ਮੈਂ ਜ਼ਿੰਦਗੀ ਚ ਇੰਨਾ ਕਦੇ ਖੁਸ਼ ਨਹੀਂ ਹੋਇਆ ਜਿੰਨੀ ਅੱਜ ਮੈਨੂੰ ਖੁਸ਼ੀ ਆ ਕਹਿੰਦਾ ਵੀਰੇ ਹੁਣ ਪਤਾ ਲੱਗਿਆ ਵੀ ਤੂੰ ਕਿਉਂ ਗੱਲ ਕਹੀ ਸੀ ਇਹ ਵੀ ਉਹਨਾਂ ਨੇ ਜਵਾਬ ਦਵਾਂਗੇ ਕਹਿੰਦਾ ਇਹ ਵਾਕਈ ਉਹਨਾਂ ਨੂੰ ਬਹੁਤ ਵੱਡਾ ਜਵਾਬ ਆ ਤੇ ਉਹ ਪਲ ਮੇਰੇ ਵਾਸਤੇ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਪਲ ਸੀ ਉਹ ਉਸ ਤੋਂ ਬਾਅਦ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਫਿਰ ਮੈਂ ਫਿਰ ਮੈਂ ਬਹੁਤ ਕੰਪੀਟੀਸ਼ਨ ਉਸ ਟਾਈਮ 'ਚ ਕੀਤਾ ਮੇਰੇ ਫਸਟ ਸੈਕਿੰਡ ਫਸਟ ਸੈਕਿੰਡ ਇਦਾਂ ਹੀ ਮੇਰੀ ਪਲੇਸ ਪੈਂਦੀ ਰਹੀ ਤੇ ਉਦੋਂ ਬਾਅਦ ਕੀ ਹੋਇਆ ਮੈਂ ਇੱਥੇ ਆਪਣੇ ਲੁਧਿਆਣੇ ਦੇ ਵਿੱਚ ਇੱਕ ਜਿਮ ਖੁੱਲਿਆ ਸੀ ਨਾਊ ਫਿਟਨੈਸ ਦੇ ਨਾਮ ਤੇ ਉਹਦਾ ਨਾਮ ਤਾਂ ਮੈਂ ਚਲੋ ਸੁਣਿਆ ਸੀ ਵੀ ਇੱਕ ਬਹੁਤ ਵਧੀਆ ਜਿਮ ਖੁੱਲਿਆ ਦੁਗਰੀ ਤੇ ਮੈਂ ਆਪਣੇ ਦੋਸਤ ਨਾਲ ਗੱਲ ਕੀਤੀ ਵੀ ਆਪਾਂ ਸੋਨਾ ਸਟ੍ਰੀਮ ਲੈ ਕੇ ਆਉਣਾ ਵਾ ਵੀ ਆਪਾਂ ਵੀ ਕਿਹੜੇ ਜਮ ਚ ਚੱਲੀਏ ਉਹ ਕਹਿੰਦਾ ਵੀ ਇਹ ਨਾਓ ਫਿਟਨੈਸ ਜਮ ਆ ਫਿਰ ਉਹਨੂੰ ਕਹਾਂ ਮੈਂ ਕਿ ਨਾਮ ਤਾਂ ਮੈਂ ਵੀ ਸੁਣਿਆ ਜਮ ਦਾ ਬਹੁਤ ਵੀ ਬਹੁਤ ਸੋਹਣਾ ਜਮ ਆ ਵੀ ਆਪਾਂ ਯਾਰ ਨਾਲੇ ਤਾਂ ਜਮ ਦੇਖ ਕੇ ਆਉਨੇ ਆ ਨਾਲੇ ਆਪਾਂ ਤੇ ਸੋਨਾ ਸਟ੍ਰੀਮ ਲੈ ਕੇ ਆਵਾਂਗੇ ਬਾਕੀ ਜੋ ਉਹਨਾਂ ਦੇ ਚਾਰजेस ਹੋਣਗੇ ਆਪਾਂ ਦੇ ਦਾਂਗੇ ਅਸੀਂ ਚਲੋ ਜੀ ਸਵੇਰ ਦੇ ਟਾਈਮ ਆ ਉੱਥੋਂ ਮੈਂ ਜਮ ਤੋਂ ਨਿਕਲਿਆ ਅਸੀਂ ਦੋਨੇ ਜਮ ਚ ਆਏ ਅਸੀਂ ਪੌੜੀਆਂ ਚੜੀਆਂ ਪੌੜੀਆਂ ਝੜ ਕੇ ਇਹ ਪਹਿਲੀ ਮੰਜ਼ਲ ਤੇ ਸੀ ਇਹ ਤੇ ਅਸੀਂ ਬਾਹਰੋਂ ਦੇਖਿਆ ਕਿ ਸ਼ੀਸ਼ਾ ਸਾਨੂੰ ਦੇਖਿਆ ਸਾਹਮਣੇ ਇੱਕ ਲਾਇਬ੍ਰੇਰੀ ਦੇਖੀ ਅਸੀਂ ਫਿਰ ਉੱਪਰ ਚੜ ਗਏ ਉੱਪਰ ਚੜ ਕੇ ਉੱਪਰ ਜਾ ਕੇ ਰੂਫ ਉੱਪਰ ਤੱਕ ਕੁਝ ਵੀ ਨਾ ਤੇ ਅਸੀਂ ਫੇਰ ਵਾਪਸੀ ਕੀਤੀ ਅਸੀਂ ਕਿਹਾ ਵੀ ਫਿਰ ਜਿਮ ਕਿੱਥੇ ਆ ਜਦੋਂ ਅਸੀਂ ਉਹੀ ਇਹ ਮਤਲਬ ਡੋਰ ਦਰਵਾਜ਼ਾ ਖੋਲਿਆ ਤਾਂ ਮੇਰੀਆਂ ਤਾਂ ਅੱਖਾਂ ਹੀ ਮਤਲਬ ਖੁੱਲੀਆਂ ਰਹਿ ਗਈਆਂ ਵੀ ਇੰਨਾ ਜ਼ਬਰਦਸਤ ਜਿਮ ਇੰਨਾ ਸੋਹਣਾ ਜਿਮ ਉਹ ਜਿਮ ਹੀ ਸੀ ਉਹਦੇ ਸਟਾਰਟਿੰਗ ਦੇ ਵਿੱਚ ਸਾਹਮਣੇ ਰਿਸੈਪਸ਼ਨ ਸੀ ਤੇ ਸਾਈਡ ਤੇ ਲਾਇਬ੍ਰੇਰੀ ਸੀ ਤਾਂ ਐਂਟਰੈਂਸ ਤੋਂ ਨਹੀਂ ਪਤਾ ਲੱਗਦਾ ਸੀ ਵੀ ਜਿਮ ਆ ਪਰ ਜਦੋਂ ਅੰਦਰ ਵੜਿਆ ਮੈਂ ਜਿਮ ਮੈਨੂੰ ਐ ਲੱਗੇ ਵੀ ਮੈਂ ਕਿਸੇ 5 ਸਟਾਰ ਹੋਟਲ 'ਚ ਆ ਗਿਆ ਮੈਂ ਚਲੋ ਜੀ ਉਸੇ ਟਾਈਮ ਮੈਂ ਅੰਦਰ ਗਿਆ ਮੈਂ ਡਰਦਾ ਕਦੇ ਲੋਕਲ ਜਿੰਮਾਂ ਚ ਮੈਂ ਸੱਚ ਦੱਸਾਂ ਮੈਂ ਸ਼ੁਰੂ ਤੋਂ ਲੋਕਲ ਜਿੰਮਾਂ ਚ ਆਪ ਰਹੇ ਹਾਂ ਉਹ ਇਹ ਹੁਣ ਐਡਾ ਵੱਡਾ ਜਿੰਮ ਸਾਡੇ ਲਈ ਤਾਂ ਇੱਕ ਸੁਪਨਾ ਹੀ ਸੀ ਮੈਂ ਜਿੰਮ ਚ ਐਂਟਰ ਹੋਇਆ ਤੇ ਗੱਲ ਕਰਨ ਦੀ ਹਿੰਮਤ ਨਾ ਪਵੇ ਉੱਥੇ ਟ੍ਰੇਨਰ ਵੀ ਸੀਗੇ ਤੇ ਬਾਕੀ ਰਿਸੈਪਸ਼ਨ ਤੇ ਉਹਨਾਂ ਨੇ ਪੁੱਛਿਆ ਮੈਨੂੰ ਕਹਿੰਦੇ ਹਾਂ ਜੀ ਸਰ ਤੇ ਮੈਂ ਉਹਨਾਂ ਨੂੰ ਕਿਹਾ ਵੀ ਵੀ ਸੋਨਾ ਸਟੀਮ ਦਾ ਕੀ ਚਾਰजेस ਨੇ ਵੀ ਮੈਂ ਸੋਨਾ ਸਟੀਮ ਲੈਣੇ ਹਾਂ ਉਹਨਾਂ ਨੇ ਇੱਕ ਵਾਰ ਤਾਂ ਚਲੋ ਉਹਨਾਂ ਨੇ ਉਦੋਂ ਮਨਾਂ ਕੀਤਾ ਉਹ ਕਹਿੰਦੇ ਵੀ ਅਸੀਂ ਜਿਹੜਾ ਜੇ ਮੈਂ ਦਾ ਮੈਂਬਰ ਆ ਅਸੀਂ ਉਹਨੂੰ ਹੀ ਦੰਨੇ ਆ ਤੇ ਫਿਰ ਉਹ ਕਹਿੰਦੇ ਚਲੋ ਕੋਈ ਨਹੀਂ ਤੁਸੀਂ ਇੱਕ ਵਾਰ ਅਸੀਂ ਸਰ ਨੂੰ ਪੁੱਛ ਲੰਨੇ ਆ ਤੇ ਸਰ ਆ ਗਏ ਆਪਣੇ ਹਰਿੰਦਰ ਸਿੰਘ ਜੀ ਹਰਿੰਦਰ ਸਰ ਉਹ ਆਏ ਬਾਹਰ ਉਹਨਾਂ ਨੇ ਮੈਨੂੰ ਦੇਖਿਆ ਹਲਕੀ ਜਿਹੀ ਸਮਾਈਲ ਦਿੱਤੇ ਉਹਨਾਂ ਨੇ ਤੇ ਮਿਲੇ ਮੈਨੂੰ ਉਹ ਕਹਿੰਦੇ ਕੋਈ ਨਹੀਂ ਤੁਸੀਂ ਲੈ ਲਓ ਸੋਨਾ ਮੈਂ ਸੋਨਾ ਬਾਤ ਲਿਆ ਤੇ ਪਹਿਲੀ ਗੱਲ ਮੈਨੂੰ ਪਤਾ ਹੀ ਨਹੀਂ ਸੀ ਵੀ ਸੋਨਾ ਬਾਤ ਲੈਂਦੇ ਕਿਵੇਂ ਆ ਇਹ ਵੀ ਸੱਚ ਆ ਏ ਨਹੀਂ ਵੀ ਮੈਂ ਕਹਾ ਵੀ ਮੈਨੂੰ ਸਾਰਾ ਕੁਝ ਪਤਾ ਨਹੀਂ ਮੈਨੂੰ ਕੁਛ ਨਹੀਂ ਸੀ ਪਤਾ ਉੱਥੋਂ ਫਿਰ ਹਾਊਸਕੀਪਿੰਗ ਵਾਲਿਆਂ ਨੇ ਦੱਸਿਆ ਵੀ ਇਦਾਂ ਇਦਾਂ ਬੈਠਣਾ ਉਦੋਂ ਮੈਂ ਸੋਨਾ ਸੋਨਾ ਬਾਥ ਲੈ ਕੇ ਬਾਹਰ ਆਇਆ ਤੇ ਆ ਕੇ ਸਰਨਾ ਦਾ ਥੈਂਕਸ ਕੀਤਾ ਪੈਸੇ ਉਹਨਾਂ ਨੇ ਲਏ ਨਹੀਂ ਮੇਰ ਤੋਂ ਤੇ ਥੈਂਕਸ ਕੀਤਾ ਤੇ ਉਦੋਂ ਬਾਅਦ ਮੈਂ ਚਲੇ ਗਿਆ ਮੈਂ ਜਿਮ ਵੀ ਪੂਰਾ ਸਰਨੇ ਘਮਾਇਆ ਮੈਨੂੰ ਸਾਰਾ ਬਹੁਤ ਸੋਹਣਾ ਜਿਮ ਇਹ ਟੈਕਨੋ ਜਿਮ ਦੀ ਆ ਇਹ ਮਸ਼ੀਨਾਂ ਨੇ ਸਾਰੀਆਂ ਇੰਪੋਰਟਡ ਮਸ਼ੀਨਸ ਨੇ ਤੇ ਮਤਲਬ ਮੇਰੇ ਲਈ ਤਾਂ ਇੱਕ ਸੁਪਨਾ ਹੀ ਸੀ ਏਡਾ ਸੋਹਣਾ ਜਿੰਮ ਦੇਖਣਾ ਤੇ ਮੈਂ ਘਰੇ ਆਇਆ ਘਰੇ ਆ ਕੇ ਵੀ ਮੇਰੀਆਂ ਮਤਲਬ ਮੈਨੂੰ ਯਾਦ ਆਈ ਜਾਵੇ ਉਹੀ ਉਹ ਜਿੰਮ ਦੀ ਮੈਂ ਸੋਚਿਆ ਵੀ ਪਤਾ ਨਹੀਂ ਸਾਡੇ ਮੇਰੀ ਕਿਸਮਤ ਵਿੱਚ ਹੋਊ ਇਹ ਜਿੰਮ ਦੇ ਵਿੱਚ ਕਦੇ ਐਕਸਰਸਾਈਜ਼ ਲਾਉਣਾ ਮਤਲਬ ਮੈਂ ਇਹ ਸੋਚ ਰਿਹਾ ਸੀ ਚਲੋ ਜੀ ਮੈਂ ਇੱਕ ਦਿਨ ਲੰਘਿਆ ਦੋ ਦਿਨ ਲੰਘਿਆ ਮੈਂ ਆ ਗਿਆ ਜੀ ਜਿੰਮ ਦੇ ਵਿੱਚ ਸਰ ਹੁਣੀ ਨੂੰ ਮਿਲਿਆ ਵੱਡੇ ਸਰ ਮਿਲੇ ਬਨਿੰਦਰ ਸਿੰਘ ਜੀ ਤੇ ਇਹਨਾਂ ਨੇ ਫਿਰ ਮੈਨੂੰ ਬਿਠਾਇਆ ਤੇ ਮੈਂ ਇਹਨਾਂ ਨੂੰ ਇੱਕ ਜੀ ਰਸਵੀ ਮੇਰਾ ਜਿੰਦਗੀ ਦਾ ਐਕਸਪੀਰੀਅੰਸ ਆਹਾ ਵਾ ਵੀ ਇਦਾਂ-ਦਾਂ ਕਰਕੇ ਮੈਂ ਇੱਥੇ ਟ੍ਰੇਨਿੰਗ ਕਰਦਾ ਰਿਹਾ ਮੈਂ ਗੇਮ ਵੀ ਕਰਦਾ ਮੈਂ ਸਾਰਾ ਕੁਝ ਕਰਦਾ ਉਹਨਾਂ ਨੂੰ ਚਲੋ ਜਿਵੇਂ ਵੀ ਉਹਨਾਂ ਨੇ ਮੈਨੂੰ ਕਹਤਾ ਵੀ ਤੂੰ ਕੱਲ ਸਵੇਰ ਤੋਂ ਤੁਸੀਂ ਆਉਣਾ ਸ਼ੁਰੂ ਕਰ ਦੋ ਕਲਾਇੰਟਸ ਨੂੰ ਮਿਲੋ ਗੱਲਬਾਤ ਕਰੋ ਉਹਨਾਂ ਨਾਲ ਠੀਕ ਆ ਜੀ ਮਤਲਬ ਹਜੇ ਵੀ ਮਤਲਬ ਉਹਨਾਂ ਨੇ ਚਲੋ ਮੈਨੂੰ ਕਰਤਾ ਦਿੱਤਾ ਸ਼ੋਰ ਪਰ ਮੈਨੂੰ ਫਿਰ ਵੀ ਐ ਲੱਗੇ ਵੀ ਮੇਰੀ ਜੌਬ ਪੱਕੀ ਵੀ ਕੀਤੀ ਐ ਜਾਂ ਮੈਨੂੰ ਕੀ ਸੀਨ ਆ ਮੈਨੂੰ ਸਮਝ ਨਹੀਂ ਆਇਆ ਮੈਨੂੰ ਕਹਿੰਦੇ ਵੀ ਤੁਸੀਂ ਕਲਾਇੰਟਸ ਨੂੰ ਮਿਲੋ ਵੀ ਆਪਦੀ ਐਕਸਰਸਾਈਜ਼ ਐਕਸਰਸਾਈਜ਼ ਕਰਿਆ ਕਰੋ ਤੇ ਮੈਂ ਚਲੋ ਕਰਦਾ ਰਿਹਾ ਦੋ ਦਿਨ ਚਾਰ ਦਿਨ ਪੰਜ ਦਿਨ ਲੰਗੇ ਪਰ ਮੈਨੂੰ ਫੀਲ ਹੋਵੇ ਵੀ ਮੈਨੂੰ ਕੁਝ ਦੱਸਿਆ ਤਾਂ ਹੈ ਨਹੀਂ ਹਜੇ ਤੱਕ ਇਹਨਾਂ ਨੇ ਬਈ ਕੋਈ ਸੈਲਰੀ ਨਹੀਂ ਦੱਸੀ ਜਾਂ ਕੁਝ ਵੀ ਦਿਮਾਗ 'ਚ ਮੇਰੇ 100 ਗੱਲਾਂ ਆਉਣ ਮੈਂ ਫਿਰ 5 ਦਿਨ ਬਾਅਦ ਸਰ ਨੂੰ ਪੁੱਛਿਆ ਮੈਂ ਕਿਹਾ ਸਰ ਵੀ ਤੁਸੀਂ ਵੀ ਮੈਨੂੰ ਕੁਝ ਫਾਈਨਲ ਨਹੀਂ ਕੀਤਾ ਉਹ ਕਹਿੰਦੇ ਮਤਲਬ ਕੀ ਗੱਲ ਮੈਂ ਕਿਹਾ ਵੀ ਤੁਸੀਂ ਮੈਨੂੰ ਜੌਬ ਬਾਰੇ ਹਜੇ ਕੁਝ ਦੱਸਿਆ ਨਹੀਂ ਉਹ ਕਹਿੰਦੇ ਚਲੋ ਕੋਈ ਨਹੀਂ ਤੁਹਾਨੂੰ ਮਾਰਨਿੰਗ ਦੱਸਾਂਗੇ ਸ਼ਾਮ ਨੂੰ ਵੱਡੇ ਭਾਈ ਸਾਹਿਬ ਮਨਿੰਦਰ ਭਾਜੀ ਆਉਣਗੇ ਵੀ ਉਹਨਾਂ ਨਾਲ ਡਿਸਕਸ ਕਰਕੇ ਸ਼ਾਮ ਨੂੰ ਤੁਹਾਨੂੰ ਕਲੀਅਰ ਕਰ ਦਾਂਗੇ ਮੈਂ ਕਿਹਾ ਠੀਕ ਆ ਸਰ ਅਗਲੇ ਦਿਨ ਫਿਰ ਮੈਨੂੰ ਅੰਦਰ ਬਿਠਾਇਆ ਵੱਡੇ ਸਰ ਵੀਸ ਉਹ ਕਹਿੰਦੇ ਹਾਂਜੀ ਵੀ ਤੁਹਾਨੂੰ ਠੀਕ ਆ ਤੁਹਾਡੀ ਜੋਬ ਪੱਕੀ ਆ ਜੋ ਵੀ ਇਹਨਾਂ ਨੇ ਮੈਨੂੰ ਸੈਲਰੀ ਦੱਸੀ ਤੇ ਮਤਲਬ ਆਮ ਜੋ ਟ੍ਰੇਨਰ ਸੀ ਉਹਨਾਂ ਨਾਲ ਕੁਝ ਚਲੋ ਇਹਨਾਂ ਨੇ ਕੁਝ ਜ਼ਿਆਦਾ ਰੱਖੀ ਮੇਰੀ ਠੀਕ ਆ ਜੀ ਤੇ ਇਹ ਕਹਿੰਦੇ ਠੀਕ ਆ ਤੁਸੀਂ ਕਰੋ ਕੰਮ ਮੈਂ ਇਦਾਂ ਹੀ ਆਪਦੀ ਇਮਾਨਦਾਰੀ ਨਾਲ ਕਿਉਂਕਿ ਮੇਰੇ ਲਈ ਇੱਕ ਮਾਂ ਪਿਓ ਦੇ ਮੈਨੂੰ ਬਹੁਤ ਵੱਡੀ ਚੀਜ਼ ਸਿਖਾਈ ਆ ਵੀ ਇਮਾਨਦਾਰੀ ਬਿਲਕੁਲ ਪੂਰੀ ਇਮਾਨਦਾਰੀ ਨਾਲ ਮੈਂ ਕੰਮ ਕੀਤਾ ਉੱਥੇ ਕਿਉਂਕਿ ਇਮਾਨਦਾਰੀ ਦਿਖਦੀ ਆ ਤੇ ਇਹਨਾਂ ਨੇ ਮੇਰੇ ਮੇਰਾ ਮਤਲਬ ਕੰਮ ਕਰਨ ਦਾ ਮਿਹਨਤ ਇਹਨਾਂ ਨੇ ਦੇਖੀ ਮੇਰੀ ਸਾਰਾ ਕੁਝ ਦੇਖਿਆ ਤੇ ਇਹਨਾਂ ਨੇ ਮੈਨੂੰ 3 ਮਹੀਨੇ ਦੇ ਵਿੱਚ ਵਿੱਚ ਇਹਨਾਂ ਨੇ ਮੈਨੂੰ ਪ੍ਰਮੋਟ ਕਰਤਾ ਪ੍ਰਮੋਟ ਕਰਕੇ ਇਹਨਾਂ ਨੇ ਮੈਨੂੰ ਪਰਸਨਲ ਟ੍ਰੇਨਰ ਬਣਾਇਆ ਨਾਲ ਹੀ ਇਹਨਾਂ ਨੇ ਮੈਨੂੰ ਇੱਕ ਫਲੋਰ ਮੈਨੇਜਰ ਬਣਾਤਾ ਜੋ ਕਿ ਮੇਰੇ ਲਈ ਬਹੁਤ ਇੱਕ ਵੱਡਾ ਸੁਪਨਾ ਮਤਲਬ ਮੇਰਾ ਪੂਰਾ ਹੋ ਗਿਆ ਸੀ ਕਿ ਮੈਂ ਸੋਚ ਵੀ ਨਹੀਂ ਸਕਦਾ ਸੀ ਵੀ ਐਡੇ ਵੱਡੇ 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 ਜਿਮ ਦੇ ਵਿੱਚ ਵੀ ਇੰਨੀ ਤਰੱਕੀ ਕਰੂੰਗਾ ਕਿਉਂਕਿ ਉੱਥੇ ਜਿੰਨਾ ਕਲਾਇੰਟ ਆਉਂਦਾ ਸੀ ਸਾਰੇ ਹੀ ਲੈਂਡਲੋਰਡ ਆਉਂਦੇ ਸੀ ਕੋਈ ਮਰਸੀਡੀਜ਼ ਕੋਈ BMW ਚ ਮਤਲਬ ਕੋਈ ਮਾੜਾ ਬੰਦਾ ਨਹੀਂ ਉੱਥੇ ਜਿਮ ਦੇ ਵਿੱਚ ਆਉਂਦਾ ਕਿਉਂਕਿ ਫੀਸ ਵੀ ਜ਼ਿਆਦਾ ਜਿਮ ਦੀ ਉਸ ਅਕੋਰਡਿੰਗ ਫਿਰ ਕਲਾਇੰਟ ਵੀ ਵਧੀਆ ਹੀ ਆਊਗਾ ਤੇ ਇਹਨਾਂ ਨੇ ਮੈਨੂੰ ਚਲੋ ਮੇਰੀ ਸਾਰਾ ਕੁਝ ਮੈਨੂੰ ਮਤਲਬ ਐਂ ਲੱਗਣ ਲੱਗ ਗਿਆ ਵੀ ਹੁਣ ਮੈਨੂੰ ਜ਼ਿੰਦਗੀ ਵਿੱਚ ਮੇਰੀ ਜੋ ਮੇਰੇ ਸੁਪਨੇ ਆ ਉਹ ਮੇਰੇ ਪੂਰੇ ਹੋਣਗੇ ਜਿੰਨੇ ਕਿ ਮੈਂ ਤੁਹਾਨੂੰ ਇੰਨਾ ਕਿ ਦੱਸ ਦਿੰਨਾ ਜਿੰਨੇ ਕਿ ਮੈਂ ਕਮਾਉਂਦਾ ਸੀ ਪਹਿਲਾ ਪੈਸੇ ਉਦੋਂ ਮੈਂ 4-5 ਗੁਣਾ ਜ਼ਿਆਦਾ ਕਮਾਉਣ ਲੱਗ ਗਿਆ ਇੱਕ ਟਾਈਮ ਇਹੋ ਜਿਹਾ ਸੀ ਹੁਣ ਜਦੋਂ ਘਰ ਦੇ ਵਿੱਚ ਕੁਝ ਵੀ ਕੋਈ ਪੈਸਾ ਨਹੀਂ ਹੁੰਦਾ ਸੀ ਕੁਝ ਨਹੀਂ ਹੁੰਦਾ ਸੀ ਮਤਲਬ ਕਿਲੋ-ਕਿਲੋ ਆਟਾ ਪਾਈਆ ਪਾਈਆ ਦਾਲ ਮੰਮੀ ਫੜ ਕੇ ਲਿਉਂਦੇ ਹੁੰਦੇ ਸੀ ਉਧਾਰ ਉਹ ਨਿੱਕਾ ਜਿਹਾ ਹੁੰਦਾ ਸੀ ਮੈਨੂੰ ਅੱਜ ਵੀ ਉਹ ਗੱਲਾਂ ਯਾਦ ਨੇ ਮੈਂ ਆਪਦੇ ਮਿਹਨਤ ਕਰਕੇ 2-3 ਸਾਲਾਂ ਦੇ ਵਿੱਚ ਵਿੱਚ ਇੱਕ ਗੱਡੀ ਬਣਾਈ ਇੱਕ ਬਾਈਕ ਲਿਆ ਜੋ ਕਿ ਨਹੀਂ ਤਾਂ ਕੰਮ ਬੰਦੇ ਇੰਨੇ ਸਾਲ ਮੈਂ ਮਿਹਨਤ ਕੀਤੀ 10 ਸਾਲ 15 ਸਾਲ ਕੰਮ ਕਰਦਾ ਰਿਹਾ ਮੇਰੇ ਕੋਲ ਇੱਕ ਸਕੂਟਰ ਨਹੀਂ ਜੁੜਿਆ ਸੀਗਾ ਇੱਕ ਸਿਰਫ ਰੋਟੀ ਰੋਟੀ ਖਾਂਦਾ ਸੀ ਹੌਲੀ ਹੌਲੀ ਕੰਪੀਟੀਸ਼ਨ ਹੁੰਦੇ ਗਏ ਕੰਪੀਟੀਸ਼ਨ ਖੇਡਣੇ ਸ਼ੁਰੂ ਕੀਤੇ ਫਿਰ ਮੈਂ ਫਿਰ ਮੈਂ 40+ ਦੇ ਵਿੱਚ ਮਾਸਟਰ ਕੈਟਾਗਰੀ ਦੇ ਵਿੱਚ ਮਿਸਟਰ ਇੰਡੀਆ ਦਾ ਖਿਤਾਬ ਜਿੱਤੇ ਆ ਜੋ ਕਿ ਮੇਰੇ ਵਾਸਤੇ ਬਹੁਤ ਹੀ ਇੱਕ ਵੱਡੀ ਅਚੀਵਮੈਂਟ ਸੀ ਜੋ ਕਿ ਮੈਂ ਜ਼ਿੰਦਗੀ 'ਚ ਕਦੇ ਸੋਚ ਨਹੀਂ ਸਕਦਾ ਸੀ ਵੀ ਇਹ ਇਹ ਕਦੇ ਮਿਸਟਰ ਇੰਡੀਆ ਦਾ ਖਿਤਾਬ ਮੇਰੇ ਕੋਲੇ ਆਊਗਾ ਬਾਡੀ ਵੇਟ ਦੇ ਵਿੱਚ ਮੈਂ ਮਿਸਟਰ ਪੰਜਾਬ ਕਟੋ-ਕਟ ਮਤਲਬ ਇਹ 30 ਵਾਰ ਮੈਂ ਇਹ ਬਾਡੀ ਬਾਡੀ ਵੇਟ ਦੇ ਵਿੱਚ ਮਿਸਟਰ ਪੰਜਾਬ ਬਣਿਆ ਬਟ ਮੈਂ ਆਪਣੀ ਲਾਈਵ ਦੇ ਵਿੱਚ 70 ਪਲੱਸ ਕੰਪੀਟੀਸ਼ਨ ਖੇਡ ਚੁੱਕਿਆ ਤੇ ਸ਼ਾਇਦ ਇਹ ਦੋ ਜਾਂ ਤਿੰਨ ਕੰਪੀਟੀਸ਼ਨ ਹੋਣਗੇ ਜਿਨ੍ਹਾਂ ਦੇ ਵਿੱਚ ਮੈਂ ਟੌਪ 3 ਦੇ ਵਿੱਚ ਨਹੀਂ ਆਇਆ ਮਤਲਬ ਮੇਰੇ ਤੇ ਇੰਨੇ ਗ ਮਾਲਕ ਦੀ ਕਿਰਪਾ ਰਹੀ ਵੀ ਕੰਪੀਟੀਸ਼ਨ ਜਦੋਂ ਮੈਂ ਖੇਡਦਾ ਤਿਆਰੀ ਕਰਦਾ ਤਾਂ ਮੈਨੂੰ ਇਹ ਨਹੀਂ ਹੁੰਦਾ ਵੀ ਮੇਰੀ 3ਰਡ ਪੋ ਜਾਂ 4ਥ ਪੋ ਮੇਰੀ ਲੜਾਈ ਸਿਰਫ ਇਹ ਹੁੰਦੀ ਹੈ ਮੈਂ ਫਸਟ ਹੀ ਆਉਣਾ ਵਾ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਬਿਲਕੁਲ ਵੀ ਸਕਸੈਸਫੁਲ ਹੋਣ ਵਾਸਤੇ ਮਿਹਨਤ ਕਰਨੀ ਪੈਂਦੀ ਆ ਤੇ ਸਕਸੈਸਫੁਲ ਤੁਸੀਂ ਹੋਮ ਹੋਗੇ ਹੀ ਹੋਮ ਹੋਵੋਗੇ ਇਹਦੇ ਚ ਕੋਈ ਦੋ ਰਾਏ ਨਹੀਂ ਕਿ ਤੁਸੀਂ ਮਿਹਨਤ ਕਰੋ ਤੇ ਤੁਹਾਨੂੰ ਫਲ ਨਾ ਮਿਲੇ ਮੈਂ ਅੱਜ ਇੱਕ ਪ੍ਰੋਫੈਸ਼ਨਲ ਬਾਡੀ ਬਿਲਡਰ ਵੀ ਹਾਂ ਠੀਕ ਹੈ ਜੀ ਮੈਂ ਹੋਮ ਟ੍ਰੇਨਿੰਗਸ ਵੀ ਦਿੰਨਾ ਵਾਂ ਮੈਂ ਪਰਸਨਲ ਟ੍ਰੇਨਰ ਵੀ ਹਾਂ ਠੀਕ ਹੈ ਜੀ ਆਨਲਾਈਨ ਟ੍ਰੇਨਿੰਗ ਵੀ ਮੈਂ ਦਿੰਨਾ ਵਾਂ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ